ਠੀਕ ਆ ਹਾਂ ਬਈ ਉਧਰ ਵੱਧ ਉਧਰ ਵੱਧ ਹੋ ਜਾ ਉਧਰ ਚਲੋ ਪਾਪਾ
ਹਰਜੀਤ ਹਰਜੀਤ ਨਾਰੇ ਲਾ ਦੋ ਜਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੈ ਜਵਾਨ ਜੈ ਕਿਸਾਨ ਛੱਡ ਦੋ ਮੋਬਾਈਲ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਯਾਰ ਕਿੰਨੀ ਪਿੱਛੇ ਆ ਮੈਂ ਤੇਰੇ ਤੋਂ ਯਾਰ ਇਹਨੂੰ ਮੇਰੇ ਵਿੱਚ ਜੈ ਜਵਾਨ ਜੈ ਕਿਸਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਸਰ ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਹਾਂਜੀ ਕੀ ਕਹਿਣਾ ਚਾਹੋਗੇ ਅੱਜ ਪੱਖੇ ਦਿੱਤੇ ਕਿਸਾਨਾਂ ਵਾਸਤੇ? ਸਰ ਮੈਂ ਆਪਣੇ ਸਰਕਾਰ ਨੂੰ ਇਹੀ ਅਪੀਲ ਕਰਾਂਗਾ ਕਿ ਜੀ ਤਿੰਨੇ ਕਾਲੇ ਕਾਨੂੰਨ ਉਹ ਕਿਰਪਾ ਕਰਕੇ ਰੱਦ ਕੀਤੇ ਜਾ ਕੇ। ਜੀ ਸਰ ਸੇਵਾ ਕੀਤੀ ਗਈ ਬਹੁਤ ਸਾਰੇ ਪੱਖੇ ਸਰ ਜਿੱਦਾਂ ਜਿੱਦਾਂ ਮੌਸਮ ਢਲਦਾ ਜਾਏਗਾ ਉਸ ਹਿਸਾਬ ਦੇ ਨਾਲ ਅਸੀਂ ਆਪਣਾ ਜਿਹੜਾ ਸਾਜੋ ਸਮਾਨ ਉੱਥੇ ਲੈ ਕੇ ਪਹੁੰਚਦੇ ਜਾਵਾਂਗੇ ਤੇ ਪਹੁੰਚਦੇ ਰਹਾਂਗੇ। ਇੱਕ ਪਾਸੇ ਦੇਸ਼ ਵੀ ਸੰਘਰਸ਼ ਕਰਦੇ ਰਹੇ, ਹੁਣ ਆਪਣੇ ਦੇਸ਼ ਦੇ ਅੰਦਰ ਸੰਘਰਸ਼ ਕਰਨਾ ਪੈ ਰਿਹਾ, ਕੀ ਕਹਿਣਾ ਚਾਹੁੰਦੇ? ਕੋਈ ਗੱਲ ਨੀ ਸਰ, ਦੇਸ਼ ਵਾਸਤੇ ਪਹਿਲੇ ਬਹੁਤ ਦੇਰ ਅਸੀਂ ਸੇਵਾ ਕੀਤੀ ਹੈ, ਦੇਸ਼ ਦੀ ਸੇਵਾ ਕੀਤੀ ਹੈ, ਹੁਣ ਅਸੀਂ ਕਿਸਾਨ ਮਜ਼ਦੂਰ ਏਕਤਾ ਦੀ ਜਿਹੜੀ ਆ ਉਹ ਸੇਵਾ ਕਰਦੇ ਪਏ ਹਾਂ। ਕੋਈ ਗੱਲ ਨੀ, ਜਿੱਦਾਂ ਵੀ ਸੰਘਰਸ਼ ਉੱਚੀਆਂ ਬੁਲੰਦੀਆਂ ਨੂੰ ਪਰਮਾਤਮਾ ਕਰੇ ਕਿ ਸਾਡਾ ਸੰਘਰਸ਼ ਉੱਚੀਆਂ ਬੁਲੰਦੀਆਂ ਨੂੰ ਛੂਵੇ, ਅਸੀਂ ਆਪਣੀ ਕਾਮਯਾਬੀ ਲੈ ਕੇ ਵਾਪਸ ਹੀ ਮੁੜੀਏ। ਹੋਰ ਕਹਿੰਦੇ ਸਾਬਕਾ ਫੌਜੀ ਤੁਹਾਡੇ ਨਾਲ ਆਏ? ਮਿਲਣਾ ਸਰ, ਪੰਜ ਬੰਦੇ ਆਏ ਜੀ। ਜੀ ਸਰ, ਮੇਰਾ ਨਾਮ ਗੁਰਭਜਨ ਸਿੰਘ ਚੱਬਾ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਦਫ਼ਤਰ। ਅੱਜ ਅਸੀਂ ਜਿਹੜਾ ਵਾ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਜਿਹੜਾ ਦਿੱਲੀ ਧਰਨੇ ਦੇ ਸ਼ਾਮਿਲ ਹੋਣ ਲਈ ਜਿਹੜਾ ਜਥਾ ਰਵਾਨਾ ਕਰਨ ਲੱਗੇ ਹਾਂ, ਇੱਥੋਂ ਗੋਲਡਨ ਗੇਟ ਤੋਂ ਤੁਰ ਲੱਗੇ ਹਾਂ। ਦੇ ਦਿਓ ਅੱਗੇ ਸਾਡੇ ਬਿਆਸ ਦੇ ਵਿੱਚ ਬਹੁਤ ਵੱਡੀ ਗਿਣਤੀ ਸੰਦ ਜਿਹੜੇ ਆ, ਟਰੈਕਟਰ ਟਰਾਲੀਆਂ ਜਿਹੜੇ ਆ ਉਹ ਵੀ ਖੜ੍ਹੇ ਆ।
ਇੱਥੋਂ ਲੈ ਕੇ ਅਸੀਂ ਜਿਹੜਾ ਵਾ ਜਥਾ ਪੂਰਨ ਅੱਠਵਾਂ ਜਥਾ ਜਿਹੜਾ ਵਾ ਸਾਡਾ ਅੱਜ ਤਿਆਰੀ ਦੇ ਵਿੱਚ ਆ। ਅਸੀਂ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਵਾਂਗੇ ਅਤੇ ਲਗਾਤਾਰ ਜਿਹੜਾ ਵਾ ਸਾਡਾ ਮੋਰਚਾ ਉੱਥੇ ਚੱਲਿਆ 96-97 ਦਿਨਾਂ ਦੇ ਵਿੱਚ ਜਿਹੜਾ ਉਹ ਦਿੱਲੀ ਪਹੁੰਚ ਚੁੱਕਾ ਵਾ। ਉਹਨੂੰ ਜਿਹੜਾ ਵਾ ਸਫਲ ਕਰਨ ਵਾਸਤੇ ਸਾਡੀ ਲਗਾਤਾਰ ਜਿਹੜੀਆਂ ਵਾ ਆਪਣੇ ਜ਼ਿਲ੍ਹੇਵਾਰ ਡਿਊਟੀਆਂ ਲੱਗੀਆਂ। ਉਸੇ ਜ਼ਿਲ੍ਹੇ ਦੇ ਸੁਭਾਅ ਹਿਸਾਬ ਦੇ ਨਾਲ ਅਸੀਂ ਜਿਹੜਾ ਵਾ ਅੰਮ੍ਰਿਤਸਰ ਤੋਂ ਤਿਆਰੀ ਕਰਕੇ ਜਿਹੜਾ ਚੱਲੇ ਹਾਂ। ਇਹਦੋਂ ਅਗਲਾ ਜਥਾ ਜਿਹੜਾ ਨਵਾਂ ਸਾਡਾ ਤਰਨ ਤਾਰਨ ਤੋਂ ਬਹੁਤ ਵੱਡਾ ਜਥਾ, ਉਹ ਵੀ ਜਿਹੜਾ ਇਹਦੇ ਵਿੱਚ ਸ਼ਾਮਿਲ ਹੋਊਗਾ ਅਤੇ ਲਗਾਤਾਰ ਮੋਦੀ ਸਰਕਾਰ ਦੇ ਖਿਲਾਫ਼ ਜਿਹੜੇ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਜਿਹੜਾ ਵਾ ਅਸੀਂ ਇਹ 'ਚ ਸ਼ਾਮਿਲ ਹੋ ਕੇ ਅਤੇ ਬਿੱਲ ਰੱਦ ਕਰਵਾਉਣ ਤੱਕ ਜਿਹੜਾ ਵਾ ਸਾਡਾ ਇਹ ਅੰਦੋਲਨ ਇਸੇ ਤਰ੍ਹਾਂ ਬਾਅਦ ਦਸਤੂਰ ਜਿਹੜਾ ਵਾ ਉਹ ਜਾਰੀ ਰਹੇਗਾ ਜਦ ਤੱਕ ਜਿਹੜੇ ਬਿੱਲ ਵਾਪਸ ਨਹੀਂ ਹੁੰਦੇ। ਮੋਦੀ ਸਰਕਾਰ ਆਪਣੀ ਅੜੀ 'ਤੇ ਜਿਹੜਾ ਵਾ ਅੜੀ ਪਈ ਆ ਜੇ, ਪਰ ਸਾਡੀ ਵੀ ਜਿਹੜੀ ਆ ਪੂਰੀ ਤਿਆਰੀ ਆ ਵੀ ਚਾਹੇ 2022 ਤੱਕ ਵੀ ਚਾਹੇ 2024 ਤੱਕ ਸਾਨੂੰ ਇੱਥੇ ਬੈਠ ਕੇ ਅਤੇ ਇਹ ਧਰਨਾ ਜਿਹੜਾ ਲਾਉਣਾ ਪਵੇ। ਜਦ ਤੱਕ ਮੋਦੀ ਸਰਕਾਰ ਚਾਹੇ ਅਸੀਂ ਧਰਨਾ ਜਿਹੜਾ ਲਾ ਕੇ ਅਤੇ ਬਿੱਲ ਵਾਪਸ ਜਿਹੜਾ ਕਰਵਾ ਕੇ ਹੀ ਜਿਹੜਾ ਵਾ ਉਹ ਦਮ ਲਵਾਂਗੇ ਜੀ। ਹਾਂਜੀ, ਅਤੇ ਇਹ ਜਿਹੜਾ ਵਾ ਮੋਰਚਾ ਸਾਡਾ ਲਗਾਤਾਰ ਜਾਰੀ ਰਹੂਗਾ। ਸਾਡੇ ਮੋਰਚੇ ਦੇ ਵਿੱਚ ਲਗਾਤਾਰ ਅਸੀਂ ਕਿਸਾਨ ਮਜ਼ਦੂਰ ਆਪਣਾ ਹੱਕ ਮੰਗਣ ਵਾਸਤੇ ਉੱਥੇ ਗਏ ਹਾਂ, ਪਰ ਦੁੱਖ ਦੀ ਗੱਲ ਆ ਵੀ ਸਾਨੂੰ ਉੱਥੋਂ ਪੰਜਾਬ ਨੂੰ ਲਾਸ਼ਾਂ ਆਪਣੇ ਮੋਢਿਆਂ 'ਤੇ ਢੋਣੀਆਂ ਪੈ ਰਹੀਆਂ। 250-300 ਦੇ ਕਰੀਬ ਜਿਹੜਾ ਵਾ ਸਾਡੇ ਕਿਸਾਨ ਮਜ਼ਦੂਰ ਨੌਜਵਾਨ ਜਿਹੜੇ ਉਹ ਸ਼ਹੀਦੀਆਂ ਪਾ ਚੁੱਕੇ ਆ, ਅਤੇ ਸਰਕਾਰ ਕੋ ਕਿਤੇ ਦੋ ਲਫ਼ਜ਼ ਕਹਿਣ ਵਾਸਤੇ ਜਿਹੜਾ ਮੋਦੀ ਸਾਹਿਬ ਕੋਲ ਟਾਈਮ ਨਹੀਂ ਆ। ਲਗਾਤਾਰ ਸਾਡੇ ਅੰਦੋਲਨਕਾਰੀਆਂ ਦੇ ਉੱਤੇ ਸਰਕਾਰ ਵੱਲੋਂ ਜਿਹੜਾ ਪਰਚੇ ਪਾਏ ਜਾ ਰਹੇ ਆ, ਜਿਨ੍ਹਾਂ ਨੂੰ ਅਸੀਂ ਉਹ ਵੀ ਰੱਦ ਕਰਵਾਵਾਂਗੇ। ਲਗਾਤਾਰ ਸਾਡੇ ਕਿਸਾਨ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਆ, ਉਹਨਾਂ ਨੂੰ ਅਸੀਂ ਜ਼ਮਾਨਤਾਂ ਕਰਵਾ ਕੇ ਉਹਨਾਂ ਦੀ ਬਾਹਰ ਆਪਣਾ ਕਰਵਾ ਰਹੇ ਹਾਂ। ਬਾਹਰ ਕਰਵਾ ਕੇ ਬਿਲਕੁਲ ਉਹਨਾਂ ਦੀ ਜਿਹੜੀ ਆ ਲੜਾਈ ਅਸੀਂ ਵਧੀਆ ਤਰੀਕੇ ਨਾਲ ਲੜ ਰਹੇ ਹਾਂ, ਅਤੇ ਮੋਦੀ ਸਰਕਾਰ ਨੂੰ ਝੁਕਾ ਕੇ ਜਿਹੜਾ ਵਾ ਫਿਰ ਸਾਡਾ ਮੋਰਚਾ ਸਮਾਪਤ ਹੋਊਗਾ। ਨਾ ਪਰਚੇ ਰਹਿਣ ਦੇਵਾਂਗੇ, ਨਾ ਕੋਈ ਜੇਲ੍ਹ ਦੇ ਵਿੱਚ ਕਿਸਾਨ ਰਹਿਣ ਦੇਵਾਂਗੇ। ਆਪਣੇ ਸ਼ਹੀਦਾਂ ਦੀਆਂ ਜਿਹੜੀਆਂ ਵਾ ਉਹ ਵੀ ਅਸੀਂ ਜਿਹੜਾ ਵਾ ਆਪਣਾ ਅਜਾਈ ਨਹੀਂ ਜਾਣ ਦੇਵਾਂਗੇ। ਜਿਹੜੀਆਂ ਉਹਨਾਂ ਦੀਆਂ ਜਾਨਾਂ ਜਿਹੜੀਆਂ ਵਾ ਉਹ ਗਵਾ ਚੁੱਕੀਆਂ ਵਾ, ਇਹ ਅੰਦੋਲਨ ਦੇ ਲੇਖੇ ਲੱਗ ਚੁੱਕੀਆਂ ਵਾ। ਬਿਲਕੁਲ ਜਿਹੜੇ ਆ ਉਹ ਕਿਸਾਨ ਸਾਡੇ ਜਿਹੜੇ ਆ ਇਸ ਅੰਦੋਲਨ ਨੂੰ ਜਿਹੜੀਆਂ ਸ਼ਹੀਦੀਆਂ ਪਾ ਚੁੱਕੇ ਆ। ਇਸ ਕੇਂਦਰ ਸਰਕਾਰ ਦੀ ਜਿਹੜੀ ਬਹੁਤ ਵੱਡੀ ਨਾਕਾਮੀ ਆ, ਜਿਹੜੇ 3 ਮਹੀਨਿਆਂ ਤੋਂ ਉੱਪਰ ਕਿਸਾਨ ਜਿਹੜੇ ਆ ਬਾਰਡਰਾਂ ਦੇ ਉੱਤੇ ਬੈਠ ਕੇ ਅਤੇ ਹੱਕ ਮੰਗ ਰਹੇ ਤੇ, ਪਰ ਸਰਕਾਰ ਜਿਹੜੀ ਕਾਰਪੋਰੇਟਾਂ ਦਾ ਜਿਹੜਾ ਵਾ ਉਹ ਪੱਖ ਪੂਰਨ ਵਾਸਤੇ ਲਗਾਤਾਰ ਉਹਨਾਂ ਦੇ ਹੱਕ ਵਿੱਚ ਬੋਲ ਕੇ ਅਤੇ ਇਹ ਬਿੱਲ ਜਿਹੜੇ ਆ ਇਹਨਾਂ ਨੂੰ ਕਿਸਾਨਾਂ ਵਾਸਤੇ ਜਿਹੜਾ ਵਾ ਉਹ ਸਹੀ ਦੱਸ ਰਹੀ, ਜਦਕਿ ਬਿੱਲ ਜਿਹੜੇ ਆ ਬਿਲਕੁਲ ਉਹ ਕਿਸਾਨ ਇਹ ਵਿਰੋਧੀ ਨੇ, ਕਿਸਾਨਾਂ ਦੇ ਅਤੇ ਆਮ ਜਿਹੜਾ ਜਨ ਦੇ ਵਿਰੋਧੀ ਨੇ। ਇਹਦੇ ਨਾਲ ਜਿਹੜਾ ਵਾ ਹਰੇਕ ਵਰਗ ਦਾ ਹਰੇਕ ਵਿਅਕਤੀ ਜਿਹੜਾ ਪ੍ਰਭਾਵਿਤ ਹੋਣ ਵਾਲਾ, ਇਸ ਕਰਕੇ ਸਾਡੀ ਇਹ ਤੋਂ ਮੰਗ ਆ ਵੀ ਪੂਰਨ ਰੂਪ ਦੇ ਵਿੱਚ ਜਿਹੜਾ ਵਾ ਕਾਨੂੰਨ ਰੱਦ ਕੀਤੇ ਜਾਣ। ਜੇਲ੍ਹਾਂ ਦੇ ਵਿੱਚ ਡੱਕੇ ਕਿਸਾਨ ਮਜ਼ਦੂਰ ਜਿੰਨੇ ਵੀ ਰਹਿ ਗਏ ਉਹਨਾਂ ਨੂੰ ਫੌਰਨ ਜਿਹੜਾ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ, ਅਤੇ ਜਿਹੜੇ ਸ਼ਹੀਦ ਹੋ ਗਏ ਕਿਸਾਨ ਉਹਨਾਂ ਦੇ ਜਿਹੜਾ ਵਾ ਉਹਨਾਂ ਵਾਸਤੇ ਮੁਆਵਜ਼ਾ ਵੀ ਦਿੱਤਾ ਜਾਵੇ, ਨੌਕਰੀਆਂ ਦਾ ਪ੍ਰਬੰਧ ਵੀ ਜਿਹੜਾ ਵਾ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ, ਕਿਉਂਕਿ ਹੱਕ ਮੰਗਦੇ ਲੋਕ ਜਿਹੜੇ ਸ਼ਹੀਦੀਆਂ ਪ੍ਰਾਪਤ ਕਰਕੇ ਗਏ ਆ। ਇਸ ਕਰਕੇ ਇਹ ਸਾਡੀ ਇੱਥੋਂ ਮੰਗ ਆ, ਅਤੇ ਇਹ ਅੰਦੋਲਨ ਜਿਹੜਾ ਲਗਾਤਾਰ ਅਸੀਂ ਜਿਹੜਾ ਵਾ ਇਹ ਜਾਰੀ ਰੱਖਾਂਗੇ ਜਦ ਤੱਕ ਮੋਦੀ ਸਰਕਾਰ ਜਿਹੜਾ ਵਾ ਕਾਨੂੰਨ ਵਾਪਸ ਨਹੀਂ ਲੈ ਲੈਂਦੀ। ਹਾਂਜੀ, ਆਪਣਾ ਨਾਂ ਦੱਸ ਕੇ ਜੀ, ਅੱਜ ਨਾਂ ਦੱਸਿਓ ਆਪਣਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਲਵਿੰਦਰ ਸਿੰਘ ਰਿਆਮੇ ਤੋਂ ਬੋਲਦਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਜਥੇ ਲੈ ਕੇ ਜਾਣ ਲੱਗੇ? ਹਾਂ ਦੇਖੋ ਜੀ, ਇਹ ਜਿਹੜੇ ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਅੰਦੋਲਨ ਚੱਲਿਆ ਵਾ, 6 ਮਹੀਨੇ ਪੰਜਾਬ ਦੇ ਵਿੱਚ ਚੱਲਿਆ, ਹੁਣ 3 ਮਹੀਨੇ ਤੋਂ ਉੱਪਰ ਹੋ ਗਿਆ ਜਿਹੜਾ ਦਿੱਲੀ ਦੇ ਵਿੱਚ ਚੱਲਣ ਡਿਆ ਵਾ। ਉਹਦੇ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਨੂੰ 4 ਭਾਗਾਂ ਵਿੱਚ ਵੰਡ ਕੇ ਵਾਰੀ ਵਾਰੀ ਦੇ ਨਾਲ ਉੱਥੇ ਜਾਇਆ ਜਾ ਰਿਹਾ ਵਾ। ਇੱਧਰੋਂ ਜਥਾ ਜਾਂਦਾ ਵਾ, ਜਦੋਂ ਇਹ ਪਹੁੰਚ ਜਾਂਦਾ 4 ਜ਼ਿਲ੍ਹੇ ਦਾ ਪਹਿਲਾ ਜਥਾ ਵਾਪਸ ਦਾ। ਸੋ ਇਹ 8ਵਾਂ ਜਥਾ ਨਵੰਬਰ ਤੋਂ ਸ਼ੁਰੂ ਹੋਇਆ ਲਾਸਟ ਦੇ ਵਿੱਚ 8 ਨਵੰਬਰ ਤੋਂ, ਇਹ 8ਵਾਂ ਜਥਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਅੱਜ ਜਾ ਰਿਹਾ ਵਾ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰਾਲੀਆਂ ਜਾਣਗੀਆਂ।
ਜਿੱਥੇ ਸਰਕਾਰਾਂ ਇਹ ਗੱਲ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੁੰਦੀਆਂ ਕਿ ਲੋਕਾਂ ਦੇ ਵਿੱਚ ਜੋਸ਼ ਘੱਟ ਗਿਆ ਵਾ, ਉਹ ਸਰਕਾਰ ਵੇਖ ਲਵੇ ਅਤੇ ਲੋਕਾਂ ਦੇ ਵਿੱਚ ਜੋਸ਼ ਵਧਿਆ ਕਿ ਘਟਿਆ ਵਾ। ਹਾਂ ਹਾਂ ਵੇਖੋ ਆਪਣਾ ਫੌਜੀ ਵੀਰਾਂ ਨੇ ਕੋਈ ਅੱਜ 50 ਪੱਖੇ ਉਹਨਾਂ ਨੇ ਦਾਨ ਕੀਤੇ ਆ, ਇਹ ਪਤਾ ਨਹੀਂ ਜਦੋਂ ਤੁਰ ਲੱਗਿਆ ਤੱਕ ਜਾਂ ਬਿਆਸ ਤੱਕ ਕਿੰਨੇ ਪੱਖੇ ਜਲੰਧਰ ਤੱਕ ਜਾਂਦੇ ਆ, ਹੋਰ ਵੀ ਲੋਕਾਂ ਨੇ ਦੇਣੇ ਆ। ਗਰਮੀਆਂ ਨੂੰ ਵੇਂਦੇ ਹੋਏ ਸਾਰਾ ਪ੍ਰਬੰਧ ਕੀਤਾ ਜਾ ਰਿਹਾ, ਜਥੇਬੰਦੀ ਵੱਲੋਂ ਵੀ ਆਪਣੇ ਤੌਰ 'ਤੇ ਗਰਮੀ ਦੇ ਮੌਸਮ ਨੂੰ ਵੇਂਦਿਆਂ ਹੋਇਆਂ ਤਰਪਾਲਾਂ ਸਾਈਡਾਂ ਤੋਂ ਉੱਤੇ ਚੁੱਕ ਕੇ ਅਤੇ ਮੀਂਹ ਤੋਂ ਬਚਾਅ ਵਾਸਤੇ ਸਾਈਡਾਂ 'ਤੇ ਜਾਲੀਆਂ ਲਾਈਆਂ ਗਈਆਂ ਵੀ ਇੱਕ ਤਾਂ ਹਵਾ ਆਉਂਦੀ ਰਹੇ, ਦੂਸਰਾ ਮੱਛਰ ਤੋਂ ਵੀ ਬਚਾ ਰਹੇ, ਅਤੇ ਟਰਾਲੀਆਂ ਦੇ ਵਿੱਚ ਵੀ ਪੱਖੇ ਲਾਏ ਗਏ ਆਪਣੇ ਤੌਰ 'ਤੇ ਲੋਕਾਂ ਨੇ ਲਾਏ ਨੇ ਸਰ। ਬਰਿਆਨਗਾ ਜੀ, ਜਿਹੜੀ ਭਾਜਪਾ ਜਿੱਥੇ 'ਤੇ ਇਲੈਕਸ਼ਨ ਸਟੇਟ 'ਚ ਇਲੈਕਸ਼ਨ ਹੋ ਰਹੀ ਉੱਥੇ ਵਿਕਾਸ, ਹਾਂ ਵੇਖੋ ਲੋਕਾਂ ਦੇ ਵਿੱਚ ਰੋਸ ਇੰਨਾ ਜ਼ਿਆਦਾ ਵਾ। ਹੁਣ ਪੱਛਮੀ ਬੰਗਾਲ ਦੇ ਵਿੱਚ ਜਦੋਂ ਗਏ ਨੇ ਉੱਥੇ ਜਾ ਕੇ ਕੀ ਕਹਿੰਦੇ ਨੇ ਵੀ ਮਛਵਾਰਿਓ ਜੋ ਤੁਹਾਡੀ ਉਤਪੰਨ ਹੋਊਗਾ ਉਹ ਤੁਸੀਂ ਮੱਛੀਆਂ ਫੜਦੇ ਜੀ, ਉਹਦੇ 'ਤੇ ਵੀ ਅਸੀਂ ਕੀਮਤ ਲਵਾਂਗੇ। ਇੱਥੇ ਤਾਂ ਫਸਲਾਂ ਦੀ ਕੀਮਤ ਕਿਸੇ ਨੂੰ ਦਿੱਤੀ ਨਹੀਂ ਜਾ ਰਹੀ, ਅਤੇ ਮੱਛੀਆਂ ਵਾਲਿਆਂ ਨਾਲ ਵਾਅਦੇ ਕਰਦੇ, ਇੱਥੇ ਤਾਂ ਵਾਅਦੇ ਕੀਤੇ ਸੀ 15 ਲੱਖ ਦੇ ਕਿਤੇ ਚੰਗੇ ਦੇਣ ਆਉਣਗੇ, ਐਵੇਂ ਆਹ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ, ਇਹ ਤਾਂ ਵਾਅਦੇ ਆ ਅਤੇ ਲੋਕ ਇਹਨਾਂ ਵਾਅਦਿਆਂ ਨੂੰ ਭੁੱਲ ਚੁੱਕੇ ਜੇ। ਹੁਣ ਸਿਰਫ ਇੱਕੋ ਹੀ ਆ ਵੀ ਮਾਨੀ ਡਾਨੀ ਯਾਰ ਜਿਨ੍ਹਾਂ ਦੀਆਂ ਈਵੀਐਮ ਮਸ਼ੀਨਾਂ ਵਾ ਬਸ ਉਹਨਾਂ ਦਾ ਸਹਾਰਾ ਵਾ, ਅਤੇ ਲੋਕ ਉਹਨਾਂ ਨੂੰ ਕਿਸੇ ਤਰੀਕੇ ਕਦੀ ਨਾ ਕਦੀ ਤੋੜ ਦੇਣ। ਇੰਨਾ ਚਿਰ ਲੰਬਾ ਸੰਘਰਸ਼ ਕਰਦੇ ਕਿਸਾਨਾਂ ਨੂੰ ਹੋ ਗਿਆ, ਪਰ ਮੋਦੀ ਸਰ ਆਹ ਵੇਖੋ ਮੋਦੀ ਸਰਕਾਰ ਨਰਿੰਦਰ ਦਮੋਦਰ ਦਾਸ ਮੋਦੀ ਜੀ ਦਾ ਸ਼ਾਇਦ ਉਹਨੂੰ ਪਰਮ ਆ ਕਿ ਜਿੰਨਾ ਲੰਬਾ ਚੱਲੂਗਾ ਲੋਕ ਅੱਕ ਜਾਣਗੇ ਥੱਕ ਜਾਣਗੇ ਅਤੇ ਘਰਾਂ ਨੂੰ ਮੁੜ ਜਾਣਗੇ, ਪਰ ਜਿੰਨਾ ਲੰਬਾ ਸਮਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਦੇ ਵਿੱਚ ਜੋਸ਼ ਓਨਾ ਹੀ ਵੱਧਦਾ ਜਾ ਰਿਹਾ। ਕਿਉਂ ਵੱਧਦਾ ਜਾ ਰਿਹਾ? ਲੋਕ ਅੱਜ ਬੱਚਾ ਬੱਚਾ ਇਸ ਗੱਲ ਨੂੰ ਜਾਣ ਚੁੱਕੇ ਨੇ ਕਿ ਅਗਰ ਇਹ ਕਾਨੂੰਨ ਲਾਗੂ ਹੋ ਗਏ ਤਾਂ ਅਸੀਂ ਸਿੱਧੇ ਭੁੱਖਮਰੀ ਵੱਲ ਵਧਾਂਗੇ, ਖੁਦਕੁਸ਼ੀਆਂ ਹੋਣੀਆਂ, ਅਤੇ ਉਹਦੇ ਤੋਂ ਬਚਣ ਵਾਸਤੇ ਇਸ ਵੇਲੇ ਸਾਨੂੰ ਸੰਘਰਸ਼ ਕਰਨ ਦੀ ਲੋੜ ਆ। ਭਾਵੇਂ ਆਪਣੀਆਂ ਫਸਲਾਂ ਨੂੰ ਸਾਂਭਣ ਦੀ ਪਹਿਲ ਨਹੀਂ ਆ, ਇਸ ਵੇਲੇ ਪਹਿਲੇ ਤੁਸੀਂ ਵੇਖਿਆ ਝੋਨੇ ਦੀ ਫਸਲ ਆਪਾਂ ਦੇਵੀ ਦਾਸਪੁਰੇ ਰੇਲ 'ਤੇ ਬਹਿ ਕੇ ਵੱਢੀ ਸੀ, ਅਤੇ ਆਪਾਂ ਨਵਾਂ ਸਾਲ ਵੀ ਰੇਲਾਂ ਦਾ ਸੜਕਾਂ 'ਤੇ ਦਿਲ 'ਤੇ ਮਨਾਇਆ ਵਾ, ਵਿਸਾਖਿਆ ਜਿੰਨੇ ਤਿਉਹਾਰ ਮਨਾਏ ਸਾਰੇ ਮਨਾਏ ਨੇ, ਅਤੇ ਹੁਣ ਜਿਹੜੀ ਕਣਕ ਦੀ ਫਸਲ ਵੀ ਆ ਉਹ ਉੱਥੇ ਆਪਾਂ ਦਿੱਲੀ 'ਚ ਬਹਿ ਕੇ ਹੀ ਨਾਲ ਕਣਕ ਦੀ ਫਸਲ ਸਾਂਭਾਂਗੇ ਨਾਲ ਦਿੱਲੀ ਦਾ ਦੋਵੇਂ ਚਲਾਵਾਂਗੇ।